ਹਾਂਜੀ ਹਾਂਜੀ, ਜਦੋਂ ਮੈਂ 2015 ਦੇ ਵਿੱਚ ਪਲੱਸ ਟੂ ਪਾਸ ਕੀਤੀ ਸੀ ਨਾ, ਉਸ ਤੋਂ ਪਹਿਲਾਂ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਸੀਗਾ, ਤੇ ਜਦੋਂ ਹੁਣ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਆ, ਹੁਣ ਵੀ ਦੇਖਿਆ ਕਿ ਸਾਡਾ ਜਿਹੜਾ ਪੰਜਾਬੀ ਵਿਰਸਾ ਉਹ ਵਿਸਰਦਾ ਜਾ ਰਿਹਾ, ਦਿਲਾਂ ਦੇ ਵਿੱਚ ਭੁੱਲਦਾ ਜਾ ਰਿਹਾ, ਤੇ ਇਹ ਅੱਜ ਦੇ ਜੋ ਕਹਿ ਲਈਏ ਲੋਕ ਨੇ ਹਨਾ, ਉਹ ਇਸ ਪੰਜਾਬੀ ਜਿਹੜਾ ਸੱਭਿਆਚਾਰ ਨੂੰ ਨਚਾਰ ਦੱਸ ਰਿਹਾ। ਪਰ ਨਹੀਂ, ਜੇ ਨਚਾਰ ਹੁੰਦਾ ਤਾਂ ਫਿਰ ਸਾਨੂੰ ਪੰਜਾਬੀ ਸੱਭਿਆਚਾਰ ਬਾਰੇ ਕਿਉਂ ਪੜਾਇਆ ਜਾਂਦਾ? ਇਹੀ ਇੱਕ ਚੀਜ਼ ਮਹੱਤਵਪੂਰਨ ਚੀਜ਼ ਹੈ ਕਿ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖੀਏ, ਜੋ ਆਪਣੀਆਂ ਚੀਜ਼ਾਂ ਵਿਸਰਦੀਆਂ ਜਾ ਰਹੀਆਂ ਉਹਨਾਂ ਨੂੰ ਮੁੜ ਲੈ ਕੇ ਆ ਰਹੀਏ। ਹਰੇਕ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਕਲਚਰ ਆ ਉਹ ਅੱਗੇ ਹੋਣਾ ਚਾਹੀਦਾ ਹੈ। ਪਿੰਡਾਂ ਹਰ ਇੱਕ ਪਿੰਡ ਦੇ ਵਿੱਚ ਸਾਡੇ ਪੰਜਾਬੀ ਕਲਚਰ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਹਰ ਇੱਕ ਸਕੂਲ ਦੇ ਵਿੱਚ, ਹਰ ਇੱਕ ਪ੍ਰਾਈਵੇਟ ਜਾਂ ਕੋਈ ਗਵਰਨਮੈਂਟ ਸਕੂਲ ਆ, ਯੂਨੀਵਰਸਿਟੀ ਆ, ਉਸ ਦੇ ਵਿੱਚ ਸਾਡੇ ਪੰਜਾਬੀ ਸੱਭਿਆਚਾਰਕ ਦੀ ਨਿੱਜੀ ਪੜ੍ਹਾਈ ਵੀ ਹੋਣੀ ਚਾਹੀਦੀ ਹੈ, ਤਾਂ ਕਿ ਜੋ ਆਪਣਾ ਜਿਹੜਾ ਸੱਭਿਆਚਾਰ ਆ ਉਹ ਪਛੜਿਆ ਨਾ ਰਿਹਾ ਜਾ ਸਕੇ, ਅਤੇ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਇਸ ਨੂੰ ਵੱਧ ਜਾਣ। ਤੇ ਇਸ ਦੇ ਨਾਲ ਅਸੀਂ ਅੱਜ ਆਪਣੇ ਕਲਚਰ ਨੂੰ ਅੱਗੇ ਵਧਾਉਣ ਦੇ ਲਈ, ਸੱਭਿਆਚਾਰ ਨੂੰ ਅੱਗੇ ਹੋਰ ਵਧਾਵਾ ਦੇਣ ਦੇ ਲਈ ਸਾਡੇ ਇੱਧਰ ਅਗਵਾੜ ਦੇ ਵਿੱਚ ਸਾਰਿਆਂ ਨੇ ਇਕੱਠੇ ਹੋ ਕੇ, ਜ਼ਿਆਦਾਤਰ ਸਾਡੀਆਂ ਔਰਤਾਂ ਨੇ ਗਵਾਹੀ ਭਰੀ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਆ ਰਹੀਏ, ਕਿਉਂਕਿ ਇਹੀ ਇੱਕ ਤਿਉਹਾਰ ਹੁੰਦਾ ਕਿ ਆਪਣੀਆਂ ਭੈਣਾਂ ਮਾਵਾਂ ਨੂੰ ਹਨਾ ਇਕੱਠਾ ਕਰਦਾ ਹੈ, ਅਤੇ ਆਪਣੇ ਜਿਹੜੇ ਸ਼ੌਂਕ ਪੂਰਦਾ ਹੈ, ਜਿਹੜੀਆਂ ਮਾਵਾਂ ਧੀਆਂ ਸਾਰਾ ਦਿਨ ਆਪਣੇ ਚੁੱਲ੍ਹੇ ਚੌਂਕੇ ਦੇ ਵਿੱਚ ਦਿਨ ਬਤੀਤ ਕਰਦੀਆਂ, ਘਰ ਦੇ ਕੰਮਾਂ 'ਚ ਬਤੀਤ ਕਰਦੀਆਂ, ਉਹਨਾਂ ਨੂੰ ਵੀ ਇੱਕ ਦਿਨ ਖੁੱਲ੍ਹਾ ਮਿਲਦਾ ਹੈ ਕਿ ਆਪਣੀ ਜ਼ਿੰਦਗੀ ਜਿਉਣ ਸਕਣ। ਇਸ ਕਰਕੇ ਅਸੀਂ ਸਾਰਿਆਂ ਨੇ ਮਿਲ ਕੇ ਪ੍ਰੋਗਰਾਮ ਆਰਗੇਨਾਈਜ਼ ਕੀਤਾ, ਸਾਰਿਆਂ ਨੇ ਆਪਣੀ ਆਪਣੀ ਫੰਡਿੰਗ ਕੀਤੀ ਆ, ਛੋਟੇ ਛੋਟੇ ਬੱਚਿਆਂ ਦੀਆਂ ਛੋਟੇ ਛੋਟੇ ਗਿੱਧੇ ਪਰਫਾਰਮੈਂਸ ਕਰਵਾਈਆਂ ਗਈਆਂ, ਉਹਨਾਂ ਪਰਫਾਰਮੈਂਸ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਆ, ਉਹ ਵੀ ਉਹਨਾਂ ਦੇ ਹੀ ਅੱਗੇ ਜਾ ਕੇ ਕੰਮ ਆਉਣਗੇ, ਇਸ ਕਰਕੇ ਉਹਨੂੰ ਇਨਾਮ ਦਿੱਤੇ ਕਿ ਬੱਚਿਆਂ ਨੂੰ ਹੋਰ ਵਧਾਵਾ ਮਿਲੇ, ਅੱਗੋਂ ਹੋਰ ਪਾਰਟੀਸਪੇਟ ਕਰਨ। ਇਸ ਕਰਕੇ ਮੈਂ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੇ ਤੇ ਯਕੀਨ ਰੱਖ ਕੇ ਇਹ ਪ੍ਰੋਗਰਾਮ ਦੇ ਵਿੱਚ ਹੱਥ ਅੱਗੇ ਕੀਤਾ। ਹਾਂਜੀ, ਮੇਰੇ ਹਿਸਾਬ ਨਾਲ ਨਹੀਂ, ਸਾਰਿਆਂ ਨੂੰ ਇਹੀ ਸੋਚਣਾ ਚਾਹੀਦਾ ਹੈ ਕਿ ਇੱਕ ਔਰਤਾਂ ਲਈ ਇਹ ਪ੍ਰੋਗਰਾਮ ਹੋਣਾ ਜ਼ਰੂਰੀ ਆ, ਕਿਉਂਕਿ ਅਸੀਂ ਇਹ ਭੁੱਲਣਾ ਨਹੀਂ ਚਾਹੁੰਦੇ। ਸਾਡੇ ਵਿਆਹਾਂ ਦੇ ਵਿੱਚ ਵੀ ਸਾਡਾ ਗਿੱਧਾ ਹੀ ਸ਼ਾਨ ਬਣਦਾ ਹੈ, ਇਹ ਨਚਾਰ ਨਹੀਂ ਆ, ਸਾਡੇ ਗਿੱਧਾ ਹੈ, ਸੱਭਿਆਚਾਰ ਹੈ। ਇਸ ਵਾਰੀ ਅਸੀਂ ਛੋਟੇ ਪੱਧਰ ਤੇ ਹੀ ਮਨਾਇਆ ਹੈ, ਥੋੜੇ ਥੋੜੇ ਘਰਾਂ ਨੇ ਮਤਲਬ ਫੰਡਿੰਗ ਕਰਕੇ ਆਰਗੇਨਾਈਜ਼ ਕੀਤਾ ਹੈ। ਅਗਲੇ ਸਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਡੇ ਪੱਧਰ ਤੇ ਇੱਕ ਹੀ ਪਿੰਡ ਦੇ ਵਿੱਚ ਇੱਕ ਹੀ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾਵੇ। ਸਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ, ਤੇ ਇਹ ਪੰਜਾਬੀ ਕਲਚਰ ਦੇ ਰਿਲੇਟਡ ਹੈ, ਤਾਂ ਇਹ ਸਾਰਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ, ਸਾਰੇ ਪਿੰਡਾਂ ਲਈ। ਸਾਨੂੰ ਅੱਜ ਦਾ ਪਰਫਾਰਮੈਂਸ ਬਹੁਤ ਵਧੀਆ ਲੱਗ ਰਹੀ ਹੈ, ਅਸੀਂ ਅੱਜ ਪਰਫਾਰਮੈਂਸ ਗਿੱਧਾ ਕੀਤੀ, ਅਸੀਂ ਬਹੁਤ ਇੰਜੋਏ ਕਰ ਰਹੇ ਹਾਂਗੇ, ਸਾਰਿਆਂ ਨੇ ਬਹੁਤ ਇੰਜੋਏ ਕਰ ਰਹੇ ਹਾਂਗੇ। ਕਿਹੜੀ ਆਈਟਮ ਕਰੀ ਤੁਸੀਂ? ਅਸੀਂ ਅੱਜ ਪਰਫਾਰਮੈਂਸ ਗਿੱਧਾ ਕਰੀ। ਕਿਹੜੇ ਗੀਤ ਲੱਗੇ ਸੀ? ਤੀਆਂ ਤੀਜ ਦੀਆਂ ਸੌਂਗ। ਬੋਲੀ ਪਾ ਸਕਦੇ ਹੋ? ਹੱਸ ਲੋਣੀ ਕੁੜੀਓ, ਖੇਡ ਲੋਣੀ ਕੁੜੀਓ, ਹੱਸ ਲੋਣੀ ਕੁੜੀਓ, ਖੇਡ ਲੋਣੀ ਕੁੜੀਓ, ਹੱਸਣਾ ਖੇਡਣਾ ਲੈ ਜਾਊਗਾ ਕੋਈ ਬੂਝੜ ਜਾ ਜੱਟ ਲੈ ਜਾਊਗਾ, ਕੋਈ ਬੂਝੜ ਜਾ ਜੱਟ ਲੈ ਜਾਊਗਾ। ਸ਼ੈਣੇ ਸ਼ੈਣੇ ਵਿੱਦਿਆ ਪੜਾ ਦੇ ਬਾਬਲਾ, ਮੰਗੀਆਂ ਬਾਬ ਦੇ ਗਹਿਣੇ, ਵਿੱਦਿਆ ਪੜਾ ਦੇ ਬਾਬਲਾ, ਭਾਵੇਂ ਬਈਨਾ ਦਾਜ ਵਿੱਚ ਗਹਿਣੇ, ਵਿੱਦਿਆ ਪੜਾ ਦੇ ਬਾਬਲਾ, ਭਾਵੇਂ ਮਮਤਾ ਜੀ।
ਪਿਛਲੇ ਸਾਲ ਕੋਈ ਮਾਮੂਲੀ ਜੀ ਸੀਗੀ ਬਸਤੀਆਂ ਦਾ ਤਿਉਹਾਰ, ਪਰ ਐਤਕੀ ਮਤਲਬ ਭੂਆ ਜੀ ਨੇ ਇੱਦਾਂ ਦੀ ਸੋਚ ਲਈ ਤੇ ਫਿਰ ਬਹੁਤ ਇੰਨਾ ਸੋਹਣਾ ਆਪਾਂ ਇਕੱਠੇ ਹੋਏ ਤੇ ਇਹਦੇ ਕਰਕੇ ਆਪਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ। ਮਤਲਬ ਮੈਨੂੰ ਤਾਂ ਬਹੁਤ ਵਧੀਆ, ਸਾਰਿਆਂ ਨੂੰ ਵੀ ਓਦਾਂ ਹੋ ਰਹੀ ਹੋਣੀ ਆ, ਪਰ ਕੈਰਮਨ ਭੂਆ ਜੀ ਕਰਕੇ ਬਹੁਤ ਜ਼ਿਆਦਾ ਵਧੀਆ ਹੋਏ ਕਿਉਂਕਿ ਇਹਨਾਂ ਨੇ ਇੱਦਾਂ ਸੋਚਿਆ। ਸਾਰੇ ਹੀ ਪਿੰਡ ਦਾ ਸਹਿਯੋਗ ਆ, ਸਾਰੀਆਂ ਮਾਵਾਂ ਭੈਣਾਂ ਨੇ ਮਿਲ ਕੇ ਪ੍ਰੋਗਰਾਮ ਕਰਵਾਇਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਅਤੇ ਇਸ ਤੋਂ ਬਾਅਦ ਸਾਡੀ ਨੈਕਸਟ ਪਰਫਾਰਮੈਂਸ ਕੀਤਾ ਬਾਈ ਦਿਲਪ੍ਰੀਤ ਕੌਰ ਮਨਰੀ ਮਨਸੀਰਤ ਐਂਡ ਸਿਦਪ੍ਰੀਤ ਕੌਰ ਵੀ ਸਾਊਥ ਸਟੇਟ ਦੇ।